पुस्तत मन में कर निरंकार। असी विचार कर रहे हैं कि अकाल पुरख की सिफत सलाह जिहड़ी है यह गुरमत का एक बहुत ही सेंट्रल धुरा है जिस दे दुआले ही सारी गुरमत फिलासफी घूमती। इनू महाराज ने किस वास्ते किन्हां कारणां करके सिफत सलाह नूं वड्याया अते करम दा सारे गुरसिखां नूं हुक्म कीता उस दे उत्ते असी विचार कर रहे हैं। इस विचार दे विच शामिल होंगे नी संतोख सिंह जी, आओ असी अपने विचार नूं अगां तोर। वाहिगुरू जी का खालसा वाहिगुरू जी की फतेह। सिंह जी गल इस तरह बई जिहड़ी उस्तत आ जां सिफत सलाह आ, हाँ जी, वैसे ये जिहड़ी चीज़ आ इहनूं गुरमत ने बड़ी महानता दित्ती आ जी। बिल्कुल, अते ये जिहड़ी चीज़ आ इहदे नाल गुरु पातशाह सानूं गुरबाणी विच इही दसदे आ वी अकाल पुरख दे नाल मिलाप हो जांदा जी। इह मिलाप होण दा इक ढंग आ जी। हुण इहदे विच कई विद्वानां दा इह विचार आ कि उस्तत करन दे नाल तुहाडा जिहड़ा आचरण आ ਉਹ ਉੱਚਾ ਬਣਦਾ ਜੀ। ਹੁਣ ਦੇਖੋ ਆਚਰਣ ਜਾਂ ਤੁਹਾਡਾ ਆਚਾਰ ਜਿਹੜਾ ਆ ਉਹਦੇ ਵਿੱਚ ਵਧੀਆ ਚੀਜ਼ ਬਣਦੀ ਆ, ਉਹਦੇ ਵਿੱਚ ਵਧੀਆ ਪਣ ਆਉਂਦਾ, ਉਹਦੇ ਵਿੱਚ ਯਾਨੀ ਕਿ ਬੰਦਾ ਜਿਹੜਾ ਆ ਉੱਚੇ ਅਸੂਲਾਂ ਦਾ ਮਾਲਕ ਬਣਦਾ ਜੀ। ਦੂਸਰੀ ਗੱਲ ਇਹ ਆ ਵੀ ਇਹਦੇ ਸਿਫਤ ਸਲਾਹ ਦੇ ਨਾਲ ਵਾਹਿਗੁਰੂ ਦੀ ਉਸਤਤ ਕਰਨ ਦੇ ਨਾਲ ਤੁਹਾਡੀ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਵਿੱਦਿਆ ਬੁੱਧੀ ਅਤੇ ਤੁਹਾਨੂੰ ਜੋ ਮਹਾਰਾਜ ਨੇ ਬਾਣੀ ਬਖਸ਼ੀ ਆ, ਬੋਲ ਬਾਣੀ ਬਖਸ਼ੀ ਆ, ਬਿਲਕੁਲ ਇਹ ਚੀਜ਼ਾਂ ਜਿਹੜੀਆਂ ਆ ਇਹ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਦੇ ਨਾਲ ਸਫਲੀਆਂ ਹੁੰਦੀਆਂ ਜੀ। ਹੁਣ ਦੇਖੋ ਇਹ ਜਿਹੜੀਆਂ ਚੀਜ਼ਾਂ ਆ ਇਹਨਾਂ ਨੂੰ ਯਾਨੀ ਕਿ ਇੱਕ ਵਿਆਖਿਆ ਇਹ ਚੀਜ਼ਾਂ ਮੰਗਦੀਆਂ। ਬਿਲਕੁਲ ਬਿਲਕੁਲ, ਕਿਉਂਕਿ ਆਮ ਸਧਾਰਨ ਤੁਸੀਂ ਜ਼ਿੰਦਗੀ ਦੇ ਵਿੱਚ ਸਿਫਤ ਸਲਾਹ ਨੂੰ ਕੁਛ ਹੋਰ ਹੀ ਸਮਝਣ ਲੱਗ ਪੈਂਦੇ ਆ ਜੇ ਤੁਸੀਂ ਨਹੀਂ ਇਹਨਾਂ ਦੇ ਬਾਰੇ ਜਾਣਦੇ ਜੀ ਜੀ, ਫਿਰ ਉਹ ਕੁਛ ਹੋਰ ਹੀ ਇਹਦਾ ਅਰਥ ਲੈ ਕੇ ਤੁਰ ਪੈਂਦੇ। ਹਾਂ, ਇਸ ਕਰਕੇ ਥੋੜ੍ਹਾ ਜਿਹਾ ਇਹਦੇ ਉੱਤੇ ਚਾਨਣਾ ਪਾਓ ਵੀ ਕਿਸ ਤਰ੍ਹਾਂ ਤੁਹਾਡੇ ਆਚਰਣ ਦੀ ਡਿਵੈਲਪਮੈਂਟ ਹੁੰਦੀ ਆ ਅਤੇ ਇਹਦਾ ਰਿਜ਼ਲਟ ਮੂਹਰੇ ਕੀ ਨਿਕਲਦਾ ਨਿਕਲਦਾ ਜਾ, ਅਤੇ ਤੁਹਾਡੀਆਂ ਜੋ ਅਕਾਲ ਪੁਰਖ ਨੇ ਬਖਸ਼ੀਆਂ ਆ ਤੁਹਾਨੂੰ ਦਾਤਾਂ ਦਿੱਤੀਆਂ ਉਹ ਦਾਤਾਂ ਜਿਹੜੀਆਂ ਆ ਉਹ ਸਫਲੀਆਂ ਹੁੰਦੀਆਂ ਜੀ ਹੈ ਜੀ। ਅਤੇ ਉਹ ਸਫਲੀਆਂ ਕਿੱਦਾਂ ਹੁੰਦੀਆਂ ਜੀ ਜੀ, ਜਿੱਦਾਂ ਨਾ ਤੁਸੀਂ ਗੱਲ ਕੀਤੀ ਆ ਵੀ ਸਿਫਤ ਸਲਾਹ ਦੀ, ਸਭ ਤੋਂ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਆ ਵੀ ਜਿਹੜਾ ਹੈ ਨਾ ਕੋਈ ਵੀ ਰਿਲੇਸ਼ਨਸ਼ਿਪ ਬਣਦਾ, ਕਿਉਂਕਿ ਕਿਸੇ ਨਿਯਮ ਦੇ ਵਿੱਚ ਪੈ ਕੇ ਜਿਹੜਾ ਕੋਈ ਕੰਮ ਕਰਨਾ ਉਹਦੀ ਜਿਹੜੀ ਸਾਰਥਕਤਾ ਮਿਲਣੀ ਆ ਉਹ ਸਰਬੱਤ ਦੇ ਭਰੇ ਲਈ ਹੋ ਜਾਂਦੀ ਹੈ। ਜਦੋਂ ਕਿਸੇ ਨਿਯਮ ਤੋਂ ਬਾਹਰੇ ਹੋ ਕੇ ਕੰਮ ਕਰਦੇ ਹਾਂ ਉਹ ਫਿਰ ਕਈ ਵਾਰੀ ਜਿੱਦਾਂ ਕਹਿ ਦਈਏ ਮਿਹਨਤ ਬੜੀ ਕਰਦੇ ਹਾਂ ਪਰ ਉਹਦੇ ਵਿੱਚ ਜਿੱਦਾਂ ਕੋਈ ਕਾਮਯਾਬੀ ਨਹੀਂ ਮਿਲਦੀ ਅਤੇ ਸਾਡਾ ਜੀਵਨ ਜਿਉਂ ਜਿਸ ਪਰਪਸ ਦੇ ਲਈ ਅਸੀਂ ਤੁਰੇ ਸੀ ਉਹ ਪਰਪਸ ਸਾਡਾ ਪੂਰਾ ਨਹੀਂ ਹੁੰਦਾ। ਹੁਣ ਕੋਈ ਵੀ ਰਿਲੇਸ਼ਨ ਆ ਉਹਦੀ ਜਿਹੜੀ ਬੁਨਿਆਦ ਆ ਬੁਨਿਆਦ ਦੇ ਉੱਤੇ ਡਿਪੈਂਡ ਕਰਦਾ ਵੀ ਇਹ ਰਿਲੇਸ਼ਨ ਕਿੱਥੇ ਤੱਕ ਚੱਲੂਗਾ। ਹੁਣ ਜੇ ਗੁਰੂ ਮਹਾਰਾਜ ਸਾਨੂੰ ਇਹ ਬਖਸ਼ਿਸ਼ ਜਿਹੜੀ ਆ ਸਾਨੂੰ ਦੱਸ ਰਹੇ ਆ, ਇਹ ਦਾਤ ਦੇ ਰਹੇ ਆ ਵੀ ਉਸਤਤ ਕਰਨੀ ਇਹ ਕਰਨ ਦਾ ਕੰਮ ਆ ਵੀ ਇਹ ਕਰਨੀ ਆ ਇਨਸਾਨ ਨੇ, ਪਰ ਇਨਸਾਨ ਕਰੇ ਕਿੱਦਾਂ? ਕਰਨ ਦੇ ਲਈ ਸਾਨੂੰ ਇਹਦਾ ਵਿਧੀ ਵਿਧਾਨ ਪਤਾ ਹੋਣਾ ਚਾਹੀਦਾ ਵੀ ਜਦੋਂ ਅਸੀਂ ਨਿਯਮ 'ਚ ਬੱਝ ਕੇ ਉਸਤਤ ਕਰਾਂਗੇ ਤਾਂ ਉਹਦਾ ਫਿਰ ਸਾਡੇ 'ਤੇ ਰਿਜ਼ਲਟ ਕੀ ਆਉਣਾ। ਉਹ ਗੱਲ ਸਮਝਣ ਦੇ ਲਈ ਇਹ ਆ ਵੀ ਦੁਨੀਆਂ ਦੇ ਵਿੱਚ ਤੁਸੀਂ ਹੈ ਨਾ ਫਿਜ਼ੀਕਲ ਤੌਰ ਦੇ ਉੱਤੇ ਕੋਈ ਵੀ ਰਿਲੇਸ਼ਨ ਦੇਖ ਲਓ, ਉਸ ਰਿਲੇਸ਼ਨ ਦੇ ਵਿੱਚ ਹੈ ਨਾ ਜਿਹੜੇ ਅਸੂਲ ਆ ਜਿੰਨਾ ਚਿਕਰ ਅਸੂਲ ਕੰਮ ਕਰਦੇ ਆ ਉਹਨਾਂ ਚਿਕਰ ਉਹ ਰਿਲੇਸ਼ਨਸ਼ਿਪ ਚੱਲਦਾ। ਰਿਲੇਸ਼ਨਸ਼ਿਪ ਆਲਵੇਜ਼ ਇਕੱਲੇ ਦਾ ਨਹੀਂ ਹੁੰਦਾ, ਦੋਵਾਂ ਦੇ ਦਰਮਿਆਨ ਹੁੰਦਾ।
ਤੇ ਰਿਲੇਸ਼ਨਸ਼ਿਪ ਆਲਵੇਜ਼ ਸਾਨੂੰ ਇਹ ਵੀ ਪਤਾ ਵੀ ਸੈਕਰੀਫਾਈਸ ਮੰਗਦਾ, ਕੁਰਬਾਨੀ ਮੰਗਦਾ, ਤੇ ਕੁਰਬਾਨੀ ਜਿਹੜਾ ਤਾਂ ਦੇ ਦੂਗਾ ਉਹ ਤਾਂ ਇਸ ਸਿਫਤ ਸਲਾਹ ਦੇ ਗੁਣ ਨੂੰ ਅਪਣਾ ਕੇ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚ ਜੂਗਾ, ਮੁਕਤੀ ਦੇ ਦਰਵਾਜ਼ੇ ਤੱਕ ਪਹੁੰਚ ਜੂਗਾ। ਪਰ ਜਿਹੜਾ ਇਸ ਰਿਲੇਸ਼ਨਸ਼ਿਪ ਦੀ ਜਿੱਦਾਂ ਆਮ ਤੌਰ ਦੇ ਉੱਤੇ ਆਪਾਂ ਘਰਾਂ ਦੇ ਵਿੱਚ ਜਦੋਂ ਆਪਾਂ ਮਿਲਦੇ ਵਰਤਦੇ ਹਾਂ ਕਿਸੇ ਨਾਲ ਮਨ ਖੱਟਾ ਹੋ ਜਾਂਦਾ, ਅਸੀਂ ਕਹਿੰਦੇ ਯਾਰ ਸਾਨੂੰ ਫੀਲਿੰਗ ਤਾਂ ਆਉਂਦੀ ਆ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਅਸੀਂ ਕਰਮ ਕੀ ਕਰੀਏ ਜਿਹਦੇ ਨਾਲ ਇਹ ਫੀਲ ਜਿਹੜੀ ਖਟਿਆ ਆ ਮਨ ਦਾ ਜਿਹੜਾ ਐਂਗਰ ਆ ਬਾਹਰ ਨਿਕਲ ਜਾਵੇ। ਅਸੀਂ ਆਮ ਤੌਰ ਦੇ ਉੱਤੇ ਧੀਆਂ ਪੁੱਤਾਂ ਆਪਣੇ ਪਰਿਵਾਰਾਂ 'ਚ ਦੇਖ ਸਕਦੇ ਹਾਂ, ਜਿਹੜੀਆਂ ਕਈ ਮਾਵਾਂ ਬੱਚੇ ਆ ਉਹਨਾਂ ਦਾ ਆਪਸ ਵਿੱਚ ਸੰਬੰਧ ਨਹੀਂ ਬਣਦਾ, ਕਮਿਊਨੀਕੇਸ਼ਨ ਸਕਿੱਲਸ ਬਹੁਤ ਪੂਰ ਆ, ਜਦੋਂ ਉਹ ਨਹੀਂ ਬਣਦਾ ਤਾਂ ਉਹਦੇ ਵਿੱਚ ਫਿਰ ਉਹ ਕਹਿੰਦੇ ਵੀ ਸਾਨੂੰ ਫੀਲਿੰਗ ਬਹੁਤ ਆ, ਪਰ ਉਹ ਫੀਲਿੰਗ ਦੇ ਵਿੱਚ ਪੈ ਕੇ ਅਸੀਂ ਚੇਂਜ ਆਪਣੇ ਆਪ ਨੂੰ ਕੁਛ ਨਹੀਂ ਕਰਦੇ। ਵੀ ਜਿੰਨਾ ਚਿਕਰ ਆਪਣੇ ਆਪ ਨੂੰ ਅਸੀਂ ਚੇਂਜ ਨਹੀਂ ਕਰਦੇ ਜਾਂ ਉਸ ਫੀਲਿੰਗ ਦੇ ਅਨੁਸਾਰ ਹੋ ਕੇ ਆਪਾਂ ਐਕਟ ਨਹੀਂ ਕਰਦੇ ਤਾਂ ਫਿਰ ਪ੍ਰਾਪਤੀ ਤਾਂ ਹੋਣੀ ਨਹੀਂ ਗੀ। ਫਿਰ ਤਾਂ ਸਿਰਫ ਉਹ ਜਿੱਦਾਂ ਸਮੇਂ ਦੇ ਹਿਸਾਬ ਨਾਲ ਕਿ ਜਿੱਥੇ ਉਸ ਰਿਲੇਸ਼ਨਸ਼ਿਪ ਦੀ ਸਾਨੂੰ ਲੋੜ ਪੈਣੀ ਉੱਥੇ ਇਮੋਸ਼ਨਲੀ ਅਸੀਂ ਆਪਣੀਆਂ ਅੱਖਾਂ 'ਚੋਂ ਕਈ ਵਾਰੀ ਪਾਣੀ ਵੀ ਲੈ ਆਉਣਾ, ਇਮੋਸ਼ਨਲੀ ਅਸੀਂ ਕਹਿੰਦੇ ਹਾਂ ਵੀ ਸਾਡੀ ਪਰਮਾਤਮਾ ਦੇ ਦਰ 'ਤੇ ਸੋਝੀ ਸਾਨੂੰ ਪ੍ਰਾਪਤ ਹੋਵੇ, ਇਮੋਸ਼ਨਲੀ ਹੋ ਕੇ ਅਸੀਂ ਇਹ ਵੀ ਕਹਿੰਦੇ ਹਾਂ ਕਿ ਸਾਨੂੰ ਸਾਰੀਆਂ ਦਾਤਾਂ ਮਾਲਕ ਨੇ ਦਿੱਤੀਆਂ। ਪਰ ਜਿੱਦਾਂ ਕਹਿ ਦਈਏ ਵੀ ਉਸ ਇਮੋਸ਼ਨਲ ਦਾ ਟਾਈਮ ਥੋੜ੍ਹਾ ਟਾਈਮ ਹੁੰਦਾ ਅਤੇ ਬਾਅਦ ਵਿੱਚ ਨਾਲ ਕੇ ਇਨਸਾਨ ਉਦੋਂ ਮੁੱਕਰ ਜਾਂਦਾ ਵੀ ਇਹ ਤਾਂ ਸਾਰੀਆਂ ਮੇਰੀਆਂ ਕਰਾ ਦੀਆਂ ਆ, ਮਾਲਕ ਦੀ ਕੋਈ ਦਾਤ ਨਹੀਂ। ਸੋ ਇਸ ਕਰਕੇ ਜਿਹੜਾ ਨਿਜ਼ਮ ਆ, ਜਿਹੜਾ ਰਿਲੇਸ਼ਨਸ਼ਿਪ ਆ, ਉਹ ਰਿਲੇਸ਼ਨਸ਼ਿਪ ਦਾ ਜਿਹੜਾ ਬੁਨਿਆਦ ਆ ਸਾਨੂੰ ਪਹਿਲਾਂ ਉਹ ਪਤਾ ਹੋਣੀ ਚਾਹੀਦੀ ਆ। ਗੁਰੂ ਸਾਹਿਬ ਜੀ ਨੇ ਸਾਨੂੰ ਇਹਦੇ ਬਾਰੇ ਇਹ ਦੱਸਿਆ ਵੀ ਜਦੋਂ ਵੀ ਕਿਸੇ ਨਾਲ ਰਿਲੇਸ਼ਨਸ਼ਿਪ ਬਣਾਉਣ ਲੱਗੇ ਹਾਂ ਤਾਂ ਪਹਿਲੀ ਖੇਡ ਇਹ ਆ ਭਾਈ, ਸਿਰ ਦੇਣਾ ਪੈਂਦਾ ਰਿਲੇਸ਼ਨਸ਼ਿਪ ਲਈ, ਕਿਉਂਕਿ ਗੁਰੂ ਸਾਹਿਬ ਜੀ ਨੇ ਜਿਹੜੀ ਪਿਆਰ ਦੀ ਖੇਡ ਦਿਖਾਲੀ ਆ ਕਰਕੇ, ਉਹ ਕਹਿੰਦੇ ਜੋ ਤੋਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਵੀ ਜੇ ਸਿਫਤ ਸਲਾਹ ਕਰਨੀ ਆ, ਸਿਫਤ ਸਲਾਹ ਕਰਨ ਦੇ ਲਈ ਵੀ ਸਾਨੂੰ ਪਹਿਲਾਂ ਇੱਕ ਨਿਜ਼ਮ ਵਿੱਚ ਬੱਝਣਾ ਪੈਣਾ। ਉਹ ਨਿਜ਼ਮ 'ਚ ਬੱਝਣ ਦੇ ਲਈ ਸਾਨੂੰ ਪਹਿਲੀ ਕੀਮਤ ਆਹ ਦੇਣੀ ਪੈਣੀ ਆ ਵੀ ਭਾਈ ਸਿਰ ਦੇਣਾ ਪੈਣਾ। ਸਿਰ ਦੇਣ ਦਾ ਮਤਲਬ ਆਪਾਂ ਜਿਹੜਾ ਹੰਕਾਰ ਆ, ਜਿਹੜੀ ਪ੍ਰੀਵੀਅਸ ਸਾਡੀ ਸੋਚ ਆ, ਜਿਹੜੀ ਪ੍ਰੀਵੀਅਸ ਮਤ ਆ, ਉਸ ਮਤ ਦੇ ਨਾਲ ਜੇ ਅਸੀਂ ਸਿਫਤ ਸਲਾਹ ਕਰਾਂਗੇ, ਉਸ ਮਤ ਦੇ ਨਾਲ ਕੀਤੀ ਸਿਫਤ ਸਲਾਹ ਥਾਂ ਨਹੀਂ ਪੈਂਦੀ, ਕਿਉਂ ਅਧੂਰੀ ਮਤ ਆ। ਜੇ ਅਧੂਰੀ ਮਤ ਆ ਅਸੀਂ ਅਧੂਰੀ ਸਿਫਤ ਸਲਾਹ ਕਰਾਂਗੇ। ਗੁਰੂ ਦੇ ਗਿਆਨ ਦੇ ਦੁਆਰਾ ਹੋ ਕੇ ਜਿਹੜੀ ਸਿਫਤ ਸਲਾਹ ਕਰਨੀ ਆ, ਉਹਨੇ ਸਾਨੂੰ ਜਿੱਥੇ ਗੁਰੂ ਦੀ ਬਾਣੀ ਆਈ ਆ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਉਸ ਸਿਫਤ ਸਲਾਹ ਨੇ ਸਾਨੂੰ ਧੁਰੇ ਨਾਲ ਜੋੜ ਦੇਣਾ, ਭਾਵ ਜਿੱਥੋਂ ਅਸੀਂ ਟੁੱਟੇ ਸੀ ਸਾਨੂੰ ਉਹਦੇ ਨਾਲ ਜੋੜ ਜਾਣਾ। ਅਤੇ ਜਿਹੜਾ ਗੁਰੂ ਸਾਹਿਬ ਜੀ ਨੇ ਸਾਨੂੰ ਕਰਨ ਦੇ ਲਈ ਕੰਮ ਦਿੱਤਾ ਸਿਫਤ ਸਲਾਹ ਦਾ, ਜਪ ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਉਹਦੇ ਵਿੱਚ ਗੁਰੂ ਮਹਾਰਾਜ ਕਹਿੰਦੇ ਸਾਲ ਆਹੀ ਸਾਲ ਆਹ ਏਤੀ ਸੁਰਤ ਨਾ ਪਾਈ ਆ, ਨਦੀਆਂ ਅਤੇ ਵਾਹ ਪਵੇ ਸਮੁੰਦਰ ਨਾ ਜਾਣੀਏ। ਗੱਲ ਕਲੀਅਰ ਹੋ ਗਈ ਵੀ ਸਿਫਤ ਸਲਾਹ ਦੇ ਵਿੱਚ ਰਿਜ਼ਲਟ ਕੀ ਨਿਕਲਣਾ। ਰਿਜ਼ਲਟ ਇਹ ਨਿਕਲਣਾ ਵੀ ਜਿਹੜਾ ਨਦੀਆਂ ਅਤੇ ਵਾਹ ਆ ਜਦੋਂ ਸਮੁੰਦਰ 'ਚ ਪੈ ਜਾਣ ਫਿਰ ਇਹਨਾਂ ਦੀ ਆਪਣੀ ਹੋਂਦ ਨਹੀਂ ਰਹਿ ਜਾਂਦੀ। ਸਿਫਤ ਸਲਾਹ ਕਰ ਕਰਕੇ ਜੀਵ ਨੇ ਆਪਣੀ ਹਉਮੈ ਇਸ ਤਰ੍ਹਾਂ ਅੰਦਰੋਂ ਖਤਮ ਕਰ ਦੇਣੀ ਆ ਕਿ ਇੱਥੇ ਕੇਵਲ ਅਤੇ ਕੇਵਲ ਮਨ ਦੇ ਵਿੱਚ ਨਿਰੰਕਾਰ ਦਾ ਵਾਸਾ ਹੋ ਜਾਣਾ। ਜਦੋਂ ਨਿਰੰਕਾਰ ਦਾ ਵਾਸਾ ਹੋ ਗਿਆ ਉੱਥੇ ਫਿਰ ਜਿਹੜੀ ਇਹ ਤੁਕ ਪੂਰੀ ਟੁੱਕਦੀ ਆ ਸੁਖਮਨੀ ਸਾਹਿਬ ਦੀ ਵੀ ਉਸਤਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ। ਫਿਰ ਬੰਦਾ ਉਹ ਕੰਮ ਕਰਦਾ ਜਿਹੜੇ ਸਦਾ ਰਹਿਣ ਵਾਲੇ ਆ, ਜਿਹੜੇ ਪਰਪਸ ਆਫ ਲਾਈਫ ਦੇ ਸਾਡੇ ਜ਼ਰੂਰੀ ਕੰਮ ਆ ਅਸੀਂ ਉਹ ਕਰਦੇ ਹਾਂ। ਪਰ ਜਿੰਨਾ ਚਿਕਰ ਜਿੱਦਾਂ ਕਹਿ ਦਈਏ ਫਿਰ ਉਹ ਰਿਲੇਸ਼ਨਸ਼ਿਪ ਪੱਕਾ ਨਹੀਂ, ਉਹਦੀ ਜਿਹੜੀ ਕੋਟੇਸ਼ਨ ਜਿਹੜੀ ਗੁਰੂ ਮਹਾਰਾਜ ਨੇ ਕੰਡੀਸ਼ਨ ਦਿੱਤੀ ਆ, ਜਿੰਨਾ ਚਿਕਰ ਉਹ ਕੰਡੀਸ਼ਨ ਪੂਰੀ ਨਹੀਂ ਹੋਈ ਗੁਰੂ ਦੇ ਅਨੁਸਾਰ ਹੀ ਹੋ ਕੇ ਨਹੀਂ ਹੋਏ, ਤਾਂ ਫਿਰ ਉਹ ਜਿੱਦਾਂ ਕਹਿ ਦਈਏ ਫਿਰ ਉਹ ਜਿੱਦਾਂ ਆਪਣੇ ਦੋ ਮੂੰਹੀ ਆ ਆਪਣਾ ਦੁਬਦਾ ਆ, ਉਹ ਫਿਰ ਮਾਇੰਡ ਦਾ ਜਿਹੜਾ ਅੰਦਰਲੀ ਸੈਟਲਮੈਂਟ ਆ ਉਹ ਉੱਦਾਂ ਦੀ ਬਣ ਜਾਂਦੀ ਆ। ਉਹ ਕਦੀ ਉਹਨੂੰ ਮਹਿਸੂਸ ਹੁੰਦਾ ਵੀ ਮੈਨੂੰ ਸਿਫਤ ਸਲਾਹ ਕਰਨੀ ਚਾਹੀਦੀ ਆ, ਕਈ ਵਾਰੀ ਉਹ ਫਿਰ ਉਹ ਜਿਹੜਾ ਹੰਕਾਰ ਪਾਉਂਦੇ ਆ ਫਿਰ ਉਹਦੇ ਵਿੱਚ ਹੋ ਜਾਂਦਾ ਵੀ ਮੈਂ ਉੱਦਾਂ ਵੀ ਠੀਕ ਹੀ ਹਾਂ, ਬਾਕੀ ਜਿਹੜੇ ਨਹੀਂ ਸਿਫਤ ਸਲਾਹ ਕਰਦੇ ਉਹ ਵੀ ਤਾਂ ਠੀਕ ਹੀ ਆ। ਪਰ ਜਦੋਂ ਜਿਹੜੀ ਗੱਲ ਧਰਮ ਦੀ ਆ ਜਾਂਦੀ ਆ, ਕਿਉਂਕਿ ਧਰਮ ਦੀ ਗੱਲ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਇਹ ਦੂਜੇ ਤੋਂ ਸਟਾਰਟ ਨਹੀਂ ਹੁੰਦਾ, ਇਹ ਆਪਣੇ ਤੋਂ ਹੁੰਦਾ। ਜੇ ਅਸੀਂ ਸੈਲਫ ਆਪਣੇ ਐਨਾਲੋਜੀ ਨਹੀਂ ਲੈਂਦੇ ਕਿ ਹੂ ਐਮ ਆਈ, ਜਿੱਦਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਗੁਰੂ ਮਹਾਰਾਜ ਕਹਿੰਦੇ ਜਪ ਬਾਣੀ ਦੇ ਅੰਤਰਗਤ ਪਹਿਲੇ ਪੌੜੀ ਦੇ ਅੰਦਰ ਹੀ ਵੀ ਕਿਵ ਸਚਿਆਰਾ ਹੋਈ ਹੈ ਕਿਵ ਕੂੜੇ ਟੁੱਟੇ ਪਾਲ, ਆਹ ਹੈਗਾ ਪਰਪਸ। ਨਾਲ ਆਂਸਰ ਦਿੱਤਾ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਤੇ ਜਿਹੜਾ ਲਿਖਿਆ ਨਾਲ ਆ ਉਹ ਹੈਗਾ ਸਾਡਾ ਧੁਰਾ, ਜਿਹੜਾ ਧੁਰਾ ਆ ਧੁਰੇ ਤੋਂ ਟੁੱਟ ਕੇ ਅਸੀਂ ਆਪਣੀ ਸੈਲਫ ਇਮੇਜ ਬਣਾ ਲਈ। ਹੁਣ ਇਸ ਇਮੇਜ ਨੂੰ ਜਿਹੜੀ ਸਾਡੀ ਇਮੇਜ ਬਣ ਗਈ ਆ, ਇਸ ਇਮੇਜ ਦੇ ਵਿੱਚ ਸਾਡੀ ਜਿਹੜੀ ਪਰਸਨੈਲਿਟੀ ਆ ਸਾਡਾ ਜਿਹੜਾ ਕਰੈਕਟਰ ਆ
ਉਹਦੇ ਵਿੱਚ ਜਿੰਨੇ ਜਿਹੜੇ ਦੋਸ਼ ਭਰ ਗਏ ਆ ਟੁੱਟ ਕੇ ਅਧੂਰੇਪਣ ਦੇ ਨਾਲ, ਉਸ ਅਧੂਰੇਪਣ ਨੂੰ ਡਿਲੀਟ ਕਰਨ ਦੇ ਲਈ ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਗੁਰੂ ਸ਼ਬਦ ਨੂੰ ਅਸੀਂ ਅਭਿਆਸ ਕਰਦੇ ਹਾਂ ਭਾਵ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਉਹਦੇ ਵਿੱਚ ਮਨ ਨੂੰ ਇਹਦਾ ਨੈਗੇਟਿਵ ਪੋਜ਼ਿਟਿਵ ਸਾਰਾ ਦਿਸਦਾ, ਇਹਦਾ ਸੱਚ ਅਤੇ ਝੂਠ ਬਣਾਇਆ ਵੀ ਦਿਸਦਾ, ਇਹਨੂੰ ਰੀਅਲ ਸੱਚ ਵੀ ਦਿਸਦਾ। ਅਤੇ ਜਿੱਦਾਂ ਜਿੱਦਾਂ ਗੁਰੂ ਸ਼ਬਦ ਦੇ ਆਸ਼ੇ ਅਨੁਸਾਰ ਇਹ ਕੰਡੀਸ਼ਨ ਪੂਰੀ ਕਰਦਾ ਕਿ ਮੈਂ ਸਿਰ ਦੇਣਾ, ਅਤੇ ਸਾਧਨ ਜਿਹੜਾ ਆ ਗੁਰੂ ਦਾ ਸ਼ਬਦ ਬਣਾ ਲਿਆ, ਅਤੇ ਗੁਰੂ ਦੇ ਸ਼ਬਦ ਦੇ ਅਨੁਸਾਰ ਹੀ ਹੋ ਕੇ ਗੁਰੂ ਨੇ ਇਹਦਾ ਰਿਲੇਸ਼ਨ ਗੰਢਣਾ ਅਕਾਲ ਪੁਰਖ ਨਾਲ। ਅਤੇ ਗੁਰੂ ਉਹ ਹੀ ਆ ਜਿਹੜਾ ਰੱਬ ਦਿਖਾਲ ਦੇਵੇ। ਆਮ ਤੌਰ 'ਤੇ ਆਪਾਂ ਸੁਖਮਨੀ ਸਾਹਿਬ 'ਚ ਰੋਜ਼ ਪੜ੍ਹਦੇ ਹਾਂ, ਕਹਿੰਦੇ ਸਤਿਪੁਰਖ ਜਿਨ ਜਾਣੇ ਆ ਸਤਿਗੁਰ ਤਿਸ ਕਾ ਨਾਮ, ਮਤਲਬ ਜਿਹੜਾ ਗੁਰੂ ਪਰਮਾਤਮਾ ਨੂੰ ਮਿਲਾ ਦੇਵੇ ਉਹੋ ਹੀ ਗੁਰੂ ਆ ਪੂਰਾ। ਅਤੇ ਉਹ ਪੂਰਾ ਗੁਰੂ ਹੈਗਾ ਜਿਹੜਾ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਭਾਵ ਸ਼ਬਦ ਗੁਰੂ। ਯੋਗੀਆਂ ਨੂੰ ਵੀ ਗੁਰੂ ਮਹਾਰਾਜ ਜੀ ਨੇ ਇਹੀ ਕਿਹਾ ਸੀਗਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸ਼ਬਦ ਦੇ ਉੱਤੇ ਮਨ ਨੇ ਆਪਣੇ ਆਪ ਨੂੰ ਰੱਖ ਕੇ ਕਸਵੱਟੀ 'ਤੇ, ਕਿਉਂਕਿ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ ਹੋਏ। ਜਿਹੜਾ ਮਰ ਕੇ ਜੀਂਦੇ ਹੋਣ ਦੀ ਇਸ ਵਿਧੀ ਨੂੰ ਜਾਣਦਾ ਉਹ ਹੀ ਇਹ ਕਸੌਟੀ 'ਤੇ ਪੂਰਾ ਉਤਰਦਾ, ਕਿਉਂਕਿ ਨਾਮ ਨਿਰੰਜਨ ਹੈ, ਨਾਮ ਨਿਰੰਜਨ ਨਾਲ ਹੈ ਕਿ ਪਾਈਏ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਜਦੋਂ ਨਾਮ ਨਿਰੰਜਨ ਜਿਹੜਾ ਰਾਮ ਆ, ਜਦੋਂ ਇਹਨੂੰ ਅਸੀਂ ਆਪਣੇ ਮਨ ਦੀ ਕਸਵੱਟ ਮਨ ਨੂੰ ਇਹਦੇ 'ਤੇ ਟੈਸਟ ਕਰਨ ਲੱਗ ਪਏ, ਮਨ ਦੇ ਵਿੱਚ ਮਾਇਆ ਦਾ ਕਿੰਨਾ ਪ੍ਰਭਾਵ ਆ, ਮਾਇਆ ਦੇ ਵਿੱਚ ਮਟੀਰੀਅਲ ਮਨ ਦੇ ਵਿੱਚ ਕਿੰਨਾ ਕਿਆ, ਅਸੀਂ ਜਿਹੜੀਆਂ ਜਿਹੜੀਆਂ ਦਿਸਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਕਿੰਨਾ ਕੁ ਅਸੀਂ ਪਕੜ ਕੇ ਰੱਖਦੇ ਹਾਂ ਮਨ 'ਚ, ਕਿਉਂਕਿ ਪਰਮਾਤਮਾ ਦ੍ਰਿਸ਼ਟ ਅਨਵਿਜ਼ੀਬਲ ਜਿਹੜਾ ਕਿ ਸਰਵ ਸ਼ਕਤੀਮਾਨ ਪਿੱਛੇ ਜਿਹੜਾ ਸਾਰੇ ਮੈਟਰ ਨੂੰ ਬਣਾ ਰਿਹਾ, ਸਾਰੇ ਮੈਟਰ ਨੂੰ ਉਸਾਰ ਰਿਹਾ, ਅਸੀਂ ਉਹਦੇ ਨਾਲ ਰਿਲੇਸ਼ਨ ਗੰਢਣ ਲੱਗੇ ਹਾਂ। ਅਤੇ ਉਹਦੇ ਨਾਲ ਰਿਲੇਸ਼ਨ ਗੰਢਣ ਕੇ ਨਾਲ ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਹੋਰ ਵੀ ਕਿਹਾ ਕਿ ਇਸ ਸਿਫਤ ਸਲਾਹ ਦਾ ਜਿਹੜਾ ਰਿਜ਼ਲਟ ਆ ਇਹ ਨਹੀਂ ਹੋਣਾ ਚਾਹੀਦਾ ਵੀ ਮੈਂ ਉਹਦਾ ਅੰਤ ਪਾ ਲਊਂ। ਇਸ ਸਿਫਤ ਸਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕਿਉਂ? ਕਿਉਂ ਭਾਈ ਸਮੁੰਦਰਾਂ ਜਾਣੀਆਂ, ਸਮੁੰਦਰ ਸ਼ਾਹ ਸੁਲਤਾਨ। ਹੁਣ ਦੇਖੋ ਕਹਿੰਦੇ ਜੀ ਗੱਲ ਇਹ ਆ, ਹਾਂਜੀ, ਜਿਹੜੀ ਸਿਫਤ ਸਲਾਹ ਆ ਜੀ, ਇੱਕ ਤਾਂ ਬਾਣੀ ਵਿੱਚ ਮਹਾਰਾਜ ਇਹ ਵੀ ਗੱਲ ਲਿਖਦੇ ਆ ਕਿ ਪੁੱਤੀ ਗੰਢ ਪਵੇ ਸੰਸਾਰ, ਹਾਂਜੀ, ਅਤੇ ਸਿਫਤੀ ਗੰਢ ਪਵੇ ਦਰਬਾਰ, ਹਾਂਜੀ, ਗੋਰੀ ਸੇਤੀ ਟੁੱਟੇ ਪਤਾਰ, ਹਾਂ, ਅਤੇ ਉਹ ਅਗਨੀ ਗੰਢ ਪਾਏ ਲਹਾਰ, ਮਤਲਬ ਪੁੱਤੀ ਗੰਢ ਪਵੇ ਸੰਸਾਰ, ਇਹ ਸਾਰੇ ਸ਼ਬਦ ਦੇ ਵਿੱਚ ਮਤਲਬ ਉਹ ਸੰਬੰਧ ਬਣਾਏ ਹੋਆ। ਪਿੰਡ 'ਤੇ ਆ ਕੇ ਮਹਾਰਾਜ ਇਹ ਗੱਲ ਦੱਸਦੇ, ਲੋਹਾ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲਹਾਰ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਮਤਲਬ ਉਹਨੇ ਸੰਬੰਧ ਬਣਾਇਆ ਹੋਇਆ ਵੀ ਕਿਸ ਤਰ੍ਹਾਂ ਇਹ ਪ੍ਰੋਸੈਸ ਚੱਲਦਾ। ਹਾਂਜੀ, ਹੁਣ ਦੇਖੋ ਸਿਫਤ ਦੇ ਨਾਲ ਤੁਹਾਡੀ ਉਸ ਦਰਬਾਰ ਤੱਕ ਸਾਂਝ ਹੁੰਦੀ, ਅਕਾਲ ਪੁਰਖ ਦੇ ਦਰਬਾਰ ਦੇ ਨਾਲ ਸਾਂਝ ਪੈ ਜਾਂਦੀ, ਗੰਢ ਪੈ ਜਾਂਦੀ, ਗੰਢ ਪੈਂਦੀ ਹੈ ਜੀ, ਬਿਲਕੁਲ, ਵੀ ਤੁਹਾਡਾ ਸੰਬੰਧ ਜੁੜਦਾ ਜੀ। ਹੁਣ ਇਹ ਜਿਹੜਾ ਸੰਬੰਧ ਆ, ਇਸ ਸੰਬੰਧ ਨੂੰ ਕਾਇਮ ਰੱਖਣ ਵਾਸਤੇ ਤੁਹਾਨੂੰ ਸਿਫਤ ਸਲਾਹ ਵਿੱਚ ਕੈਰੀ ਓਨ ਕਰਨੀ ਪੈਣੀ, ਕੈਰੀ ਓਨ ਕਰਨਾ ਪੈਣਾ ਜੀ, ਬਿਲਕੁਲ। ਅਤੇ ਦੂਜੀ ਇਹ ਗੱਲ ਆ ਵੀ ਇਹ ਜਿਹੜਾ ਮੇਰਾ ਪਹਿਲਾ ਸਵਾਲ ਸੀ ਨਾ, ਉਹ ਇਹ ਸੀ ਜੀ ਜੀ ਬਈ ਮਹਾਰਾਜ ਨੇ ਜਿੱਥੇ ਸਾਨੂੰ ਹੋਰ ਕਈ ਇਹਦੇ ਫਾਇਦੇ ਦੱਸੇ ਆ, ਉੱਥੇ ਇਹ ਵੀ ਸਾਨੂੰ ਦੱਸਿਆ ਵੀ ਤੁਹਾਡਾ ਉੱਚਾ ਆਚਰਣ ਬਣੂਗਾ ਜੀ, ਤੁਸੀਂ ਆਪਣੀਆਂ ਤੁਹਾਡੀਆਂ ਜਿਹੜੀਆਂ ਹੈਗੀਆਂ ਮਾਨਸਿਕ ਬਿਮਾਰੀਆਂ ਉਹਨਾਂ ਤੋਂ ਛੁਟਕਾਰਾ ਹੋਜੂ, ਜਿਹੜੀਆਂ ਦਾਤਾਂ ਆ ਰੱਬ ਨੇ ਦਿੱਤੀਆਂ ਉਹ ਸਫਲ ਹੋਊਗੀ, ਬਿਲਕੁਲ। ਹੁਣ ਸਫਲ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਚੀਜ਼ ਤੁਸੀਂ ਸਮਝ ਲਓ ਵੀ ਕਿਸੇ ਲੇਖੇ ਵਿੱਚ ਲੱਗ, ਜਿਹੜੀ ਲੇਖੇ 'ਚ ਲੱਗ ਜਾਵੇ, ਹਾਂਜੀ, ਬਾ ਜੇ ਸਾਨੂੰ ਇਹ ਰਸਨਾ ਦਿੱਤੀ ਆ ਜੀ, ਅਤੇ ਉਹ ਇਸ ਕਰਕੇ ਦਿੱਤੀ ਹੈ ਕਿ ਉਹਦਾ ਨਾਮ ਸੁਣ, ਬਿਲਕੁਲ, ਨਾਮ ਬੋਲ, ਹੈ ਨਹੀਂ, ਬੋਲ, ਕੰਨ ਇਸ ਕਰਕੇ ਦਿੱਤੇ ਉਹਨੂੰ ਸਫਲਤਾ ਤਾਂ ਅਸੀਂ ਕਰ ਸਕਦੇ ਹਾਂ, ਬਿਲਕੁਲ, ਅਸੀਂ ਉਹਦਾ ਨਾਮ ਸੁਣਾਂਗੇ। ਅਤੇ ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਉਹਨਾਂ ਨੂੰ ਅਸੀਂ ਇਹ ਨਾਮ ਜਪ ਕੇ ਹੀ ਸਿਫਤ ਸਲਾਹ ਕਰਕੇ ਹੀ ਕਰ ਸਕਦੇ, ਉਹਨਾਂ ਨੂੰ ਸਫਲ ਕਰ ਸਕਦੇ ਹਾਂ, ਕਿਉਂਕਿ ਜਦੋਂ ਆਪਾਂ ਮੈਂ ਉਹ ਆਪਾਂ ਜਪ ਜੀ ਦੀ ਐਗਜ਼ੈਂਪਲ ਦੇਖੀ ਸੀਗੀ ਹੈ ਨਾ, ਜਪ ਬਾਣੀ ਦੀ, ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਗੱਲ ਕਹੀ ਹੈ ਕਿ ਜਿੱਦਾਂ
ਨਦੀਆਂ ਤੇ ਵਾਹ ਆ ਭਾਵੇਂ ਸਮੁੰਦਰ ਨਾਲ ਜਾਣੀ ਹੈ, ਮਤਲਬ ਸਮੁੰਦਰ ਦੇ ਵਿੱਚ ਜਦੋਂ ਨਦੀਆਂ ਤੇ ਵਾਹ ਭਾਵ ਸਾਡੀ ਜਿਹੜੀ ਮਨ ਦੀ ਮੱਤ ਆ ਜਦੋਂ ਐਨ ਆਪਣਾ ਹੋਂ ਭਾਵ ਤਿਆਗ ਕੇ ਜਦੋਂ ਅਕਾਲ ਪੁਰਖ ਦੇ ਵਿੱਚ ਰਮ ਗਈ ਭਾਵ ਉਹਦੇ ਨਾਮ ਦੇ ਵਿੱਚ ਗੜੁੱਚ ਹੋ ਗਈ ਤਾਂ ਫਿਰ ਉੱਥੋਂ ਬਾਅਦ ਫਿਰ ਦੋਹਾਂ ਦੇ ਵਿੱਚ ਭੇਦ ਨਹੀਂ ਰਿਹਾ। ਮਤਲਬ ਜੋ ਰੱਬ ਦੀਆਂ ਕੁਆਲਿਟੀਆਂ ਸੀ ਉਹ ਕੁਆਲਿਟੀਆਂ ਹੁਣ ਇਹਨੇ ਧਾਰਨ ਕਰ ਲੈਣੀਆਂ, ਕਿਉਂ ਹੁਣ ਉਹਦੇ ਵਿੱਚ ਤਾਂ ਇਹਦੇ 'ਚ ਫਰਕ ਨਹੀਂ ਗਾ। ਸੋ ਗੱਲ ਕੀ ਆ ਵੀ ਸਿਫਤ ਸਲਾਹ ਕਰਨ ਦੇ ਲਈ ਪਿੱਛੇ ਜਿਹੜੀ ਇਹਦੇ ਓਨੈਸਟੀ ਆ ਨਾ, ਇਮਾਨਦਾਰੀ, ਉਹ ਜ਼ਰੂਰ ਹੋਣੀ ਚਾਹੀਦੀ ਆ। ਜੇ ਇਮਾਨਦਾਰੀ ਨਾ ਹੋਈ ਤਾਂ ਫਿਰ ਇਹ ਜਿੱਦਾਂ ਚੱਲ ਭਲਕੇ ਵਾਲਾ ਹੀ ਹੁੰਦਾ ਕੰਮ। ਹੁਣ ਦੇਖੋ ਜਿਹੜਾ ਨਦੀਆਂ ਅਤੇ ਵਾਹ ਜਿਹੜੇ ਆ, ਹਾਂਜੀ, ਸਮੁੰਦਰ ਦੇ ਵਿੱਚ ਉਹੀ ਪੈਂਦੇ ਆ ਜਿਹੜੇ ਨਿਵਾਣ ਵੱਲ, ਹਾਂ, ਜਿਹੜੇ ਉੱਦਮ ਕਰਦੇ ਆ, ਨਾਲੇ ਉਹ ਉੱਦਮ ਵੀ ਕਰਦੇ ਆ, ਕਿਉਂਕਿ ਨੀਵਾਂ ਤੁਸੀਂ ਨੀਵੇਂ ਪਾਸੇ ਨੂੰ ਚੱਲੂਗੇ, ਪਾਣੀ ਵਗਦਾ ਹੀ ਨੀਵਾਂ, ਜਦ ਅਸੀਂ ਨੀਵੇਂ ਪਾਸੇ ਨੂੰ ਚੱਲਦੇ ਹਾਂ ਤਾਂ ਤੁਸੀਂ ਸਮੁੰਦਰ ਦੀ ਤਹਿ ਤੱਕ ਪਹੁੰਚ ਜਾਂਦੇ ਹਾਂ, ਹੋਰ ਜਾ ਰਹੇ ਉਹਦੇ ਵਿੱਚ ਜਾ ਰਹੇ, ਪਰ ਜੇ ਤੁਸੀਂ ਕੋਸ਼ਿਸ਼ ਕਰੋ ਵੀ ਚੜ੍ਹਦੇ ਪਾਸੇ ਨੂੰ ਤੁਰੋ ਤਾਂ ਤੁਸੀਂ ਖੜ ਜਾਣਾ। ਦੜਾ ਅੱਗ ਦਾ ਸੁਭਾਅ ਆ, ਓਲਵੇ ਜਦੋਂ ਬਲਦੀ ਆ ਉੱਪਰ ਨੂੰ ਉੱਠਦੀ ਆ, ਪਾਣੀ ਓਲਵੇ ਚੱਲਦਾ ਨਿਮਾਣ ਨੂੰ ਚੱਲਦਾ, ਸੋ ਇਹ ਨੈਚੁਰਲ ਆ ਉਹਨਾਂ ਦੇ ਸੁਭਾਅ। ਸੋ ਇਹ ਹੀ ਸਾਡੇ ਮਨ ਦਾ ਸੁਭਾਅ ਆ, ਜੇ ਮਨ ਨੇ ਹੈ ਨਾ ਅੱਗ ਵਾਂਗੂ ਸੁਭਾਅ ਬਣਾ ਲਿਆ ਵੀ ਹਉਮੈ ਨੂੰ ਹੀ ਸਿਰਫ ਪ੍ਰਜਵਲਿਤ ਕਰੀ ਗਿਆ ਅਤੇ ਨਾਲ ਪਾਣੀ ਨਾ ਹੋਇਆ ਤਾਂ ਨਿਮਾਣਤਾ ਵੱਲ ਨੂੰ ਨਹੀਂ ਜਾ। ਹੁਣ ਦੇਖੋ ਜੇ ਪਾਣੀ ਕਹੇ ਜੀ ਬਈ ਮੈਂ ਤਾਂ ਜਾਣੀ ਕਿ ਉੱਪਰ ਉਚਾਈ ਵੱਲ ਚੜ੍ਹਨਾ, ਜੀ ਜੀ ਜੀ, ਉਚਾਈ ਵੱਲ ਉਦੋਂ ਚੜ੍ਹ ਨਹੀਂ ਹੋਣਾ, ਖੜ ਜਾਣਾ। ਇਸੇ ਤਰ੍ਹਾਂ ਜੇ ਅਸੀਂ ਆਪਣੇ ਅੰਦਰ ਹਉਮੈ ਧਾਰਨ ਕਰਕੇ ਅਸੀਂ ਨਾਮ ਜਪਾਂਗੇ ਜੀ, ਉਹਦੀ ਸਿਫਤ ਸਲਾਹ ਕਰਾਂਗੇ, ਉਹਨੇ ਮੁਰੇ ਕੰਧ ਬੋਲ ਬਣਾਈ ਰੱਖਣੀ ਆ, ਤਾਂ ਸਾਡੇ ਵਿੱਚ ਖੜੋਤ ਆ ਜਾਣੀ, ਖੜੋਤ ਆਉਣੀ, ਬਿਲਕੁਲ ਬਿਲਕੁਲ। ਅਸੀਂ ਜਾਣੀ ਕਿ ਅਕਾਲ ਪੁਰਖ ਦੇ ਨਾਲ ਮਿਲਾਪ ਨਹੀਂ ਕਰ ਸਕਦਾ, ਨਹੀਂ ਮਤਲਬ ਉਹਦੇ ਨਾਲ ਮਿਲਾਪ ਕਰਨਾ, ਉਹਦੇ ਗੁਣਾਂ ਦੇ ਆਪਣੇ ਅੰਦਰ ਜਜ਼ਬ ਕਰ ਲੈਣਾ, ਜਦ ਮਿਲਾਪ ਹੋਣਾ ਹੀ ਨਹੀਂ ਕਰਕੇ ਮੁਰੇ ਤਾਂ ਗੱਭੇ ਕੰਧ ਉਹ ਟੁੱਟਣ 'ਚ ਨਹੀਂ ਆ ਰਹੇ ਜਿਹੜੀ ਬਣਾਈ ਹੋ ਆ, ਮਤਲਬ ਜਿਹੜੀ ਹਉਮੈ ਦੀ ਕੰਧ ਆ ਉਹ ਸਾਨੂੰ ਪਰੇ ਜਾਣ ਨਹੀਂ ਦਿੰਦੀ। ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਜਿਸ ਵੇਲੇ ਗੁਰੂ ਦੇ ਅਨੁਸਾਰ ਹੀ ਹੋ ਕੇ ਜਿਹੜਾ, ਜਿਸ ਵੇਲੇ ਤੁਸੀਂ ਦੂਸਰੀ ਸਿਫਤ ਸਲਾਹ ਕਰਨੀ ਆ ਜੀ ਜੀ ਅਤੇ ਉਸਤਤ ਕਰਨੀ ਆ ਤਾਂ ਤੁਹਾਡੇ ਮਨ ਦੇ ਵਿੱਚ ਨਿਮਰਤਾ ਧਾਰਨ ਜ਼ਰੂਰ ਹੋਣੀ ਚਾਹੀਦੀ। ਉਹ ਬਿਲਕੁਲ ਸਾਡੇ ਮਨ ਨੂੰ ਜਦੋਂ ਹੈ ਨਾ ਵੱਡੀ ਗੱਲ ਹੁੰਦੀ ਆ ਭੁੱਖ ਦੀ, ਭਾਈ ਸਾਹਿਬ ਜਦੋਂ ਪਹਿਲੀ ਗੱਲ ਆ ਸਾਡੇ ਅੰਦਰ ਜਦੋਂ ਭੁੱਖ ਲੱਗ ਗਈ ਹੈ ਨਾ ਅਸੀਂ ਆਪੇ ਕਿਚਨ ਵੱਲ ਨੱਠਦੇ ਹਾਂ, ਵਟ ਐਵਰ ਸਾਨੂੰ ਰੋਟੀ ਖਾਣੀ ਆਉਂਦੀ ਹੋਵੇ ਚਾਹੇ ਨਾ, ਸਾਨੂੰ ਫੂਡ ਖਾਣਾ ਆਉਂਦਾ ਹੋਵੇ ਚਾਹੇ ਨਾ, ਪਰ ਜਦੋਂ ਅੰਦਰ ਭੁੱਖ ਲੱਗੀ ਆ ਉਹਨੇ ਆਪੇ ਹੀ ਤੁਹਾਨੂੰ ਦੱਸ ਦੇਣਾ ਵੀ ਹੱਥਾਂ ਨਾਲ ਚੱਕਣੀ ਆ, ਬੁਰਕੀ ਤੋੜਨੀ ਆ ਅਤੇ ਮੂੰਹ 'ਚ ਪਾਉਣੀ ਆ ਤਾਂ ਮੇਰੇ ਢਿੱਡ ਨੂੰ ਜਾਣੀ ਆ। ਜੇ ਹੱਥ ਨਹੀਂ ਹੈਗੇ ਫਿਰ ਉਹਨੇ ਸਿੱਧਾ ਮੂੰਹ ਨਾਲ ਲੱਭ ਵੱਜ ਪੈਣਾ ਵੀ ਉਹ ਮੈਨੂੰ ਚਾਹੀਦੀ ਹੈ, ਕਿਉਂ ਉਹਦੇ ਅੰਦਰ ਨੀਡੀ ਆ। ਸੋ ਜਿੱਦਾਂ ਅਸੀਂ ਆਪਣੇ ਅੰਦਰ ਇਹ ਨੀਡ ਮਹਿਸੂਸ ਕਰਦੇ ਹਾਂ ਵੀ ਗੁਣਾ ਕਾ ਹੋਵੇ ਵਾਸਲਾ, ਜਦ ਇਹ ਸਾਡੇ ਅੰਦਰ ਨੀਡ ਆਈ ਵੀ ਸਾਨੂੰ ਗੁਣ ਧਾਰਨ ਕਰਨੇ ਚਾਹੀਦੇ ਆ ਐਜ਼ ਏ ਹਿਊਮਨ ਬੀਂਗ, ਸਾਨੂੰ ਗੁੱਡ ਹਿਊਮਨ ਬੀਂਗ ਬਣਨ ਦੇ ਲਈ ਇਹ ਜ਼ਰੂਰੀ ਆ ਕਿ ਅਸੀਂ ਗੁਣਾਂ ਨੂੰ ਧਾਰਨ ਕਰੀਏ। ਸੋ ਜਦ ਗੁਣਾਂ ਨੂੰ ਲੈਣ ਜਾਣਾ ਤਾਂ ਫਿਰ ਤਾਂ ਭਾਈ ਆਪਣਾ ਜਿਹੜਾ ਚੋਲਾ ਆ ਉਹ ਛੱਡ ਕੇ ਨਿਮਰਤਾ ਧਾਰਨ ਕਰਨੀ ਪੈਣੀ ਆ, ਨਿਮਰਤਾ ਧਾਰਨ ਕਰਕੇ ਹੀ ਪ੍ਰਾਪਤੀ ਹੁੰਦੀ ਆ। ਸੋ ਉੱਦਾਂ ਜੇ ਨਿਮਰਤਾ ਧਾਰਨ ਨਹੀਂ ਕੀਤੀ ਤਾਂ ਫਿਰ ਅਸੀਂ ਕਹੀਏ ਵੀ ਜਿੱਦਾਂ ਕਹਿ ਦਈਏ ਉਹ ਫਿਰ ਉਹ ਜਿਹੜੀ ਚਮਚਾਗਿਰੀ ਰਾਜਨੀਤੀ ਦਾ ਸਿਧਾਂਤ ਆ ਨਾ, ਕਿਉਂਕਿ ਪੋਲੀਟੀਸ਼ੀਅਨ ਵੀ ਇੱਕ ਦੂਜੇ ਦੀ ਬਹੁਤ ਸਿਫਤ ਸਲਾਹ ਕਰਦੇ ਆ, ਉਹ ਇੱਦਾਂ ਅਤੇ ਉਹ ਇੱਦਾਂ, ਕਿਉਂਕਿ ਉਹਨਾਂ ਦਾ ਸਿਲਸਿਲਾ ਹੁੰਦਾ ਵੀ ਸਾਨੂੰ ਪਾਵਰ ਮਿਲਣੀ ਚਾਹੀਦੀ ਆ ਵੀ ਸਾਨੂੰ ਚੇਅਰ ਮਿਲਣੀ ਚਾਹੀਦੀ ਆ। ਜਿਹੜਾ ਇੱਕ ਗੁਰਸਿੱਖ ਜਾਂ ਇੱਕ ਇਨਸਾਨ ਆਪਣੇ ਆਪੇ ਦੀ ਸਵੈ ਪੜਚੋਲ ਕਰਕੇ ਆਪਣੇ ਅਸਲੇ ਨੂੰ ਲੱਭਣ ਤਰ ਪਿਆ, ਉਹਨੂੰ ਉਹਦਾ ਜਿਹੜਾ ਪਰਪਸ ਆ ਉਹ ਮਾਇਆ ਮਟੀਰੀਅਲ ਵਾਲਾ ਨਹੀਂ ਗਾ, ਉਹਦੀ ਉਹ ਤਾਕਤ ਨਹੀਂ ਗੀ, ਉਹਦੀ ਸੁਪਰੀਮ ਕੌਨਸ਼ੀਅਸਨੈਸ ਦੀ ਤਾਕਤ ਆ, ਉਹਦਾ ਫੀਲਡ ਹੀ ਹੋ ਰਿਹਾ, ਉਹਦਾ ਫੀਲਡ ਦੂਏ ਨਾਲੋਂ ਟੋਟਲੀ ਵੱਖਰਾ ਆ। ਸੋ ਇਸ ਕਰਕੇ ਉਹਨੂੰ ਇੱਧਰ ਨਿਮਰਤਾ ਧਾਰਨ ਕਰਕੇ ਜਾਣਾ ਪੈਣਾ, ਇੱਧਰਲੇ ਪਾਸੇ ਨਿਮਰਤਾ ਦਿਖਾਲਣ ਦੀ ਲੋੜ ਪੈਂਦੀ ਆ, ਇੱਧਰਲੇ ਪਾਸੇ ਨਿਮਰਤਾ ਧਾਰਨ ਕਰਨੀ ਪੈਣੀ ਆ। ਆਹ ਹੁਣ ਦੇਖੋ ਜਿੰਨਾ ਚਿਰ ਗੁਰਮਤ ਨੂੰ ਅਪਣਾਇਆ ਨਹੀਂ ਜਾਂਦਾ ਜੀ ਜੀ, ਇਹਦਾ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਨੂੰ ਆਪਾਂ ਸਮਰਪਣ ਕਰ, ਹਾਂ, ਗੁਰੂ ਇਹ ਦਾਤ ਬਖਸ਼ਦਾ ਵੀ ਕਿੱਦਾਂ ਤੁਸੀਂ ਆਪਣੇ ਹਉਮੈ ਭਾਵ ਨੂੰ ਕੱਢ ਕੇ, ਤਾਂ ਕਿਉਂਕਿ ਜਿਹੜਾ ਸਿਫਤ ਕਰਨ ਦਾ ਤਰੀਕਾ ਆ ਉਹ ਸਿਫਤ ਕਰਨ ਦੇ ਨਾਲ ਸਾਡੀ ਹਉਮੈ ਭਾਵ ਜਿਹੜੇ ਸੰਸਕਾਰ ਆ ਉਹ ਮਿਟਣੇ ਸ਼ੁਰੂ ਹੋਣੇ ਆ, ਜਿੱਦਾਂ ਜਿੱਦਾਂ ਉਹ ਮਿਟਣੇ ਸ਼ੁਰੂ ਹੋਊਗੇ ਅੰਦਰ ਪ੍ਰਕਾਸ਼ ਆਉਣਾ। ਹੁਣ ਦੇਖੋ ਜਿਸ ਵੇਲੇ ਮਹਾਰਾਜ ਬਾਣੀ ਵਿੱਚ ਲਿਖਦੇ ਆ ਨਾ ਵੀ ਰਾਮ ਰਾਮ ਸਭ ਕੋ ਕਹੇ, ਹਾਂ, ਕਹੇ ਆਰਾਮ ਤਾਂ ਨਹੀਂ ਹੋ ਜਾਂਦਾ, ਕਹੇ ਆਰਾਮ ਨਾ ਹੋਏ, ਬਿਲਕੁਲ।
ਬਿਲਕੁਲ ਹੁਣ ਗੁਰਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਤਾਂ ਫਲ ਪਾਵੇ ਬਿਲਕੁਲ ਹੁਣ ਦੇਖੋ ਜਿਸ ਵੇਲੇ ਗੁਰੂ ਨੇ ਕਿਰਪਾ ਕਰਕੇ ਉਪਦੇਸ਼ ਦਿੱਤਾ ਉਪਦੇਸ਼ ਮਨ ਦੇ ਵਿੱਚ ਨਿਮਰਤਾ ਸਹਿਤ ਧਾਰਨ ਕੀਤਾ ਜੀ ਜਗਿਆਸੂ ਨੇ ਕਰਕੇ ਤਾਂ ਜਿਸ ਵੇਲੇ ਉਹ ਤੁਰਿਆ ਤਾਂ ਉਹਨੂੰ ਜਾਣੀ ਕਿ ਉਸ ਚੀਜ਼ ਦਾ ਫਿਰ ਉਹਨੂੰ ਫਲ ਲੱਗੂਗਾ ਬਿਲਕੁਲ ਹੁਣ ਜਿੱਦਾਂ ਨਾਲ ਲੱਗਦਾ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਦੇਖੋ ਕਿਸੇ ਇੱਕ ਸ਼ਬਦ ਦੇ ਨਾਲ ਜੇ ਅਸੀਂ ਕਹੀਏ ਵੀ ਕਿਸੇ ਇੱਕ ਸ਼ਬਦ ਦੇ ਨਾਲ ਸਾਰੇ ਸੰਸਾਰ ਨੂੰ ਇਹ ਕਹਿਤਾ ਜਾਵੇ ਵੀ ਤੁਸੀਂ ਆਹ ਸ਼ਬਦ ਜਪੋ ਤਾਂ ਫਿਰ ਤੁਹਾਡਾ ਸਾਰਿਆਂ ਦਾ ਕਲਿਆਣ ਹੋਜੂ ਕਿਉਂਕਿ ਹਰੇਕ ਦੀ ਮਾਂ ਜਿਹੜੀ ਲੈਂਗੁਏਜ ਆ ਉਹਦੀ ਮਦਰ ਟੰਗ ਆ ਉਹ ਵੱਖਰੀ ਆ ਉਹਨਾਂ ਨੂੰ ਉਹ ਸ਼ਬਦ ਸੁਣਿਆ ਵੀ ਨਹੀਂ ਹੁੰਦਾ ਵੀ ਜਿਹੜਾ ਸ਼ਬਦ ਅਸੀਂ ਉਹਨੂੰ ਕਹਿੰਦੇ ਹਾਂ ਜੇ ਹੁਣ ਇੱਕ ਚਾਈਨੀਜ਼ ਆ ਉਹਨੂੰ ਅਸੀਂ ਵਾਹਿਗੁਰੂ ਕਹੀਏ ਜਿਹਨੂੰ ਇਹ ਪਤਾ ਹੀ ਨਹੀਂ ਗਾ ਵੀ ਵਾਹਿਗੁਰੂ ਕਿ ਉਹ ਕਹਿੰਦਾ ਯਾਰ ਮੈਨੂੰ ਤਾਂ ਪਤਾ ਨਹੀਂ ਫਿਰ ਸਾਨੂੰ ਵਾਹਿਗੁਰੂ ਕਹਿਣ ਦੀ ਵਿਧੀ ਦੱਸਣੀ ਪਊਗੀ ਉਹਦੇ ਗੁਣ ਦੱਸਣੇ ਪੈਣਗੇ ਵੀ ਆਹ ਗੁਣ ਕਰਕੇ ਅਸੀਂ ਵਾਹਿਗੁਰੂ ਕਹਿੰਦੇ ਤੂੰ ਇਹਨੂੰ ਕੀ ਕਹਿੰਦਾ ਆਪਣੀ ਲੈਂਗੁਏਜ ਵਿੱਚ ਮਤਲਬ ਜਿਹੜਾ ਹੈਰਾਨ ਹੋਣਾ ਜਿਹੜਾ ਸਰਪ੍ਰਾਈਜ਼ ਹੋਣਾ ਜਿਹੜਾ ਬਿਸਮਾਦ ਵਿੱਚ ਜਾਣਾ ਇਹ ਤਾਂ ਹਰੇਕ ਇਨਸਾਨ ਦੇ ਜੀਵਨ ਵਿੱਚ ਆ ਜਿਹੜਾ ਬਿਸਮਾਦ ਹੋਣਾ ਇਹੀ ਉਹਦੀ ਸਿਫਤ ਸਲਾਹ ਦਾ ਫਲ ਆ ਹੁਣ ਵੱਡੀ ਗੱਲ ਇਹ ਆ ਵੀ ਅਸੀਂ ਸ਼ਬਦਾਂ ਦੇ ਵਿੱਚ ਪੈ ਕੇ ਕਿਤੇ ਇੱਕ ਦੂਜੇ ਨੂੰ ਨਾ ਡੈਮੇਜ ਕਰਨ ਲੱਗ ਪਈਏ ਵੀ ਕਿਉਂਕਿ ਗੁਰੂ ਮਹਾਰਾਜ ਜੀ ਨੇ ਤੂੰ ਸੁਲਤਾਨ ਕਹਾਂ ਹੋਮੀਆਂ ਤੇਰੀ ਕਵਣ ਵਡਾਈ ਗੁਰੂ ਸਾਹਿਬ ਨੇ ਤਾਂ ਉਹ ਨਾਂ ਵੀ ਲਏ ਹੋ ਆ ਜਿਹੜੇ ਕਿ ਉਹਦੇ ਆਪਣੇ ਆਮ ਲੋਕਾਂ ਦੇ ਨਾਂ ਵੀ ਹੈਗੇ ਆ ਸੋ ਇਸ ਕਰਕੇ ਸਾਨੂੰ ਇੱਥੇ ਵੀ ਇੱਕ ਫੋਕਸ ਜ਼ਰੂਰ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਅਸੀਂ ਇੱਕ ਨੂੰ ਹੀ ਫੜ ਕੇ ਗੱਲ ਕਹਿ ਦਈਏ ਵੀ ਇੱਦਾਂ ਹੋ ਜਾਣਾ ਉਹ ਸਾਰਿਆਂ ਦੇ ਲਈ ਨਹੀਂ ਹੋ ਸਕਦਾ ਹਾਂ ਤੁਸੀਂ ਕਰਕੇ ਦੇਖੋ ਵੀ ਤੁਹਾਡਾ ਪ੍ਰੈਕਟਿਸ ਬਣਦੀ ਆ ਹੁਣ ਜਿੱਦਾਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਨਾ ਜੀ ਵੀ ਜੇ ਫਰਜ਼ ਕਰੋ ਤੁਸੀਂ ਭਾਵੇਂ ਬਹੁਤ ਪੜ੍ਹਾਈ ਕਰੋ ਹੈ ਜੀ ਪੜ੍ਹ ਪੜ੍ਹ ਗੱਡੀ ਲੱਦੀਏ ਹੈ ਜੀ ਅਤੇ ਪੜ੍ਹੀਏ ਜੇ ਤੀ ਆਰ ਜਾ ਪੜ੍ਹੀਏ ਜੇ ਤੇ ਸਾਸ ਹਾਂਜੀ ਭਾਵੇਂ ਸਾਰੀ ਉਮਰ ਤੁਸੀਂ ਨਾ ਜੀ ਉਹਦੀ ਪੜ੍ਹਾਈ ਕਰ ਲਓ ਅਤੇ ਹੁਣ ਇਹ ਪੜ੍ਹਨ ਦੇ ਨਾਲ ਮਹਾਰਾਜ ਐਂਡ ਦੇ ਉੱਤੇ ਗੱਲ ਇੱਕ ਦੱਸਦੇ ਆ ਵੀ ਨਾਨਕ ਲਿਖੇ ਇੱਕ ਗੱਲ ਆ ਬਾਕੀ ਤਾਂ ਹੋਮੇ ਝੱਖਣਾ ਝਾ ਗਿਆ ਹਾਂ ਹੁਣ ਜਿਹੜੀ ਇੱਕ ਗੱਲ ਆ ਜੀ ਉਹ ਚਾਹੇ ਤੁਹਾਨੂੰ ਨਾਮ ਤਾਂ ਦੇਖੋ ਇੱਕ ਤੁਹਾਨੂੰ ਕਿਸ ਚੀਜ਼ ਨੂੰ ਦੇਣਾ ਪੈਣਾ ਜੀ 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 ਡੈਫੀਨੇਟਲੀ ਫਿਰ ਇਹ ਆ ਵੀ ਉਹ ਨਾਮ ਜਿਹੜਾ ਆ ਉਹ ਉਹਦਾ ਸਰੂਪ ਕੀ ਆ ਬਿਲਕੁਲ ਉਹ ਹੈ ਕੀ ਹਾਂ ਉਹਦੀ ਪੂਰੀ ਅੰਡਰਸਟੈਂਡਿੰਗ ਵੀ ਚਾਹੀਦੀ ਪੂਰੀ ਅੰਡਰਸਟੈਂਡਿੰਗ ਚਾਹੀਦੀ ਤਾਂ ਜਾ ਕੇ ਗੱਲ ਬਣਦੀ ਆ ਕਿਉਂਕਿ ਨਹੀਂ ਤੁਸੀਂ ਬਿਸਮਾਦ ਵਿੱਚ ਨਹੀਂ ਜਾਣਾ ਨਾ ਹੈਰਾਨ ਤੁਹਾਡੇ ਅੰਦਰ ਅਵਸਥਾ ਨਹੀਂ ਬਣਨੀ ਤੁਹਾਡੇ ਵਿਕਾਰਾਂ ਦੇ ਜਿਹੜੇ ਭਾਂਬੜੇ ਆ ਉਹ ਸ਼ਾਂਤ ਨਹੀਂ ਹੋਣੇ ਹੁਣ ਤੁਸੀਂ ਬਿਸਮਾਦ ਵਿੱਚ ਤਦ ਜਾ ਸਕਦੇ ਆ ਜਿਸ ਵੇਲੇ ਜਾਂ ਤੁਸੀਂ ਉਦੋਂ ਦੇ ਗੁਣਾਂ ਨੂੰ ਦੇਖਣਾ ਆ ਗੁਣ ਕਹਿ ਹਾਰ ਲੈ ਇਹ ਸੱਚ ਮਿਲਾਵਾ ਹੋਏ ਹੋਰ ਤਾਂ ਕੋਈ ਵਿਧੀ ਨਹੀਂ ਹੁਣ ਜਿਸ ਵੇਲੇ ਤੁਸੀਂ ਕਿਸੇ ਚੀਜ਼ ਦੇ ਗੁਣ ਦੇਖਣੇ ਆ ਗੁਣ ਦੇਖ ਕੇ ਤੁਸੀਂ ਉਸ ਚੀਜ਼ ਤੋਂ ਪ੍ਰਭਾਵਿਤ ਹੋਣਾ ਜੀ ਜੀ ਉਸ ਪ੍ਰਭਾਵ ਨਹੀਂ ਤੁਹਾਡੇ ਅੰਦਰ ਜਾਣੀ ਕਿ ਬਿਸਮਾਦ ਪੈਦਾ ਕਰ ਬਿਲਕੁਲ ਉਹ ਬਿਸਮਾਦ ਦੇ ਵਿੱਚ ਮਤਲਬ ਇਤਨੇ ਗੁਣ ਜੀਵ ਨੂੰ ਪ੍ਰਾਪਤ ਹੁੰਦੇ ਆ ਉਹ ਗੁਣਾਂ ਦਾ ਮਤਲਬ ਉਹ ਅਮੁੱਲ ਗੁਣ ਅਮੁੱਲ ਵਪਾਰ ਆ ਪੂਰੀ ਕੋਈ ਕੀਮਤ ਨਹੀਂ ਗੀ ਕਿਤੇ ਉਹ ਮਿਲਣੀ ਨਹੀਂ ਉਹ ਇਹ ਅਕਾਲ ਪੁਰਖ ਦੀ ਦਾਤ ਆ ਇਸ ਕਰਕੇ ਅਸੀਂ ਜਾਣੀ ਕਿ ਇੱਥੇ ਆ ਕੇ ਕਈ ਜਾਣੀ ਕਿ ਸੱਜਣ ਟਪਲਾ ਖਾ ਜਾਂਦੇ ਆ ਟਪਲਾ ਹੀ ਖਾ ਜਾਂਦੇ ਇੱਕ ਤਾਂ ਕਹਿੰਦੇ ਆ ਵੀ ਗੁੜੇ ਹੀ ਸਭ ਕੁਛ ਆ ਪਰ ਜੇ ਗਾਉਣੇ ਆ ਫਿਰ ਉਹਨਾਂ ਦਾ ਉਸ ਗੁਣਾ ਉਸ ਗੁਣੀ ਦਾ ਕੋਈ ਨਾਮ ਵੀ ਹੋਊ ਹਾਂ ਇਹ ਹੁਣ ਗੁਣੀ ਤੇ ਨਾਮ ਜਿਹੜੇ ਆ ਜਿਹੜੇ ਪ੍ਰੋਪਰਟੀ ਤੇ ਸਬਸਟੈਂਸ ਆ ਇਹ ਇਕੱਠੇ ਆ ਆਪਸ ਵਿੱਚ ਨਿਰਗੁਣ ਸਰਗੁਣ ਇਕੱਠੇ ਆ ਸਾਨੂੰ ਇਕੱਠਾ ਇਕੱਲਾ ਇਕੱਲਾ ਨਹੀਂ ਆਪਾਂ ਦੇਖਦੇ ਤੁਸੀਂ ਇਹਨਾਂ ਨੂੰ ਕਿਸੇ ਨੂੰ ਛੱਡ ਨਹੀਂ ਸਕਦੇ ਹਾਂ ਜਿਸ ਵੇਲੇ ਸਿਰਫ ਸਲਾਹ ਕਰਨੀ ਆ ਤੁਹਾਨੂੰ ਦੋਹਾਂ ਨੂੰ ਹੀ ਜਾਣੀ ਕਿ ਦੋਹਾਂ ਨੂੰ ਜੇ ਹੁਣ ਸਰੀਰ ਦੇ ਵਿੱਚ ਜੋਤ ਆ ਜੇ ਸਰੀਰ ਦੇ ਵਿੱਚ ਜੋਤ ਹੀ ਹੈ ਨਹੀਂ ਤਾਂ ਗੱਲ ਕਿਹਦੀ ਕਰਨੀ ਆ ਜੋਤ ਹੈ ਸਰੀਰ ਹੈ ਫਿਰ ਗੱਲ ਕੀਤੀ ਜਾ ਸਕਦੀ ਆ ਸੋ ਇਸ ਕਰਕੇ ਆਪਾਂ ਉਹ ਕਿਸੇ ਚੀਜ਼ ਨੂੰ ਛੱਡ ਨਹੀਂ ਸਕਦੇ ਜਦੋਂ ਇੱਕ ਚੀਜ਼ ਅਸੀਂ ਲੈ ਲਈ ਚੰਗਾ ਉਹਦਾ ਤਾਂ ਇਹ ਮਤਲਬ ਹੁੰਦਾ ਵੀ ਗੁੱਦਾ ਗੁੱਦਾ ਖਾ ਲਿਆ ਬਾਕੀ ਤਾਂ ਸਾਰਾ ਜਿੱਦਾਂ ਕਹਿ ਦਈਏ ਵੀ ਫੋਕਟ ਹੀ ਆ ਹੁਣ ਸੋ ਇੱਦਾਂ ਨਹੀਂ ਹੁੰਦਾ ਇਹ ਤਾਂ ਜਿੱਦਾਂ ਕਹਿ ਦਈਏ ਵੀ ਸਾਡੇ ਜਿੱਦਾਂ ਹੈ ਨਾ ਗੁਰਮਤ ਤੋਂ ਆਪਾਂ ਇਹ ਕਹਿ ਸਕਦੇ ਜਿਹੜੇ ਨਾ ਵਾਕਫ ਲੋਕ ਆ ਉਹ ਹੀ ਫਿਰ ਨਾ ਇੱਕ ਪਾਸਾ ਲੈ ਕੇ ਤੁਰ ਪੈਂਦੇ ਆ ਜਿਹੜੀ ਰਿਐਲਿਟੀ ਆ ਰਿਐਲਿਟੀ ਤਾਂ ਆਹ ਹੀ ਆ ਭਾਈ ਇਹ ਜੋ ਕੁਛ ਦਿਸ ਰਿਹਾ ਇਹ ਇਨਸਾਨ ਦੀ ਸੋਚ ਤੋਂ ਬਹੁਤ ਪਰੇ ਆ ਗੁਰੂ ਮਹਾਰਾਜ ਖੁਦ ਸਾਨੂੰ ਇਹ ਕਹਿ ਰਹੇ ਆ ਕਿ ਨਾਨਕ ਹੁਕਮ ਨਾ ਕਿਹਾ ਜਾਏ ਮਤਲਬ ਜਿਹੜਾ ਹੁਕਮ ਕਿਹਾ ਨਾ ਜਾਏ ਉਹ ਪਿੱਛੇ ਨਿਰੰਕਾਰੀ ਹੋਂਦ ਦੀ ਜਿਹੜਾ ਤਸਦੀਕ ਦੇ ਰਿਹਾ ਜੇ
ਉਹਨੂੰ ਇਹ ਇੰਡੀਕੇਸ਼ਨ ਦੇ ਰਿਹਾ ਵੀ ਨਿਰੰਕਾਰ ਦੀ ਹੋਂਦ ਆ, ਜਿਹੜਾ ਹੈ ਹੀ ਨਿਰੰਕਾਰ ਉਹਨੂੰ ਤੁਸੀਂ ਆਕਾਰ ਵਿੱਚ ਬੰਨ ਕੇ ਕਿੱਥੇ ਦਿਖਾਲ ਦੋਗੇ? ਜਿਹੜੀ ਚੀਜ਼ ਆਕਾਰ 'ਚ ਬੰਨ ਕੇ ਦਿਖਾਲ ਦਿੱਤੀ ਉਹਦਾ ਮਤਲਬ ਉਹ ਤੁਹਾਡਾ ਬਣਾਇਆ ਰੱਬ ਹੋ ਗਿਆ ਜਾਂ ਮੇਰਾ ਬਣਾਇਆ ਰੱਬ ਹੋ ਗਿਆ, ਉਹ ਸਰਬ ਸਾਂਝਾ ਰੱਬ ਨੇਗਾ। ਜਿਹੜਾ ਸਰਬ ਸਾਂਝਾ ਰੱਬ ਆ ਉਹ ਤਾਂ ਨਿਰੰਕਾਰ ਹਸਤੀ ਉਹ ਨਹੀਂ ਰਹਿਣਾ, ਜਿਹੜਾ ਓਅੰਕਾਰੀ ਸਤਾ ਉਹ ਨਹੀਂ ਰਹਿਣਾ। ਇਹਦੇ ਤੋਂ ਛੁੱਟ ਹੋਰ ਕੋਈ ਤਾਂ ਆਪਾਂ ਜੇ ਗੱਲ ਕਰੀਏ ਵੀ ਜਿਹੜੀਆਂ ਇਹ ਸਤਾਵਾਂ ਇਹ ਐਬਸੋਲੂਟ ਟਰੁੱਥ ਆ, ਹਰੇਕ ਇਨਸਾਨ ਦਾ ਐਬਸੋਲੂਟ ਟਰੁੱਥ ਉਹ ਟਰੁੱਥ ਆ ਜਿਹਦੇ ਵਿੱਚ ਸਾਰਿਆਂ ਦਾ ਜਿਹੜਾ ਸੱਚ ਆ ਸੱਚ ਬਣ ਜਾਂਦਾ, ਭਾਵ ਜਿਹਦੇ ਵਿੱਚ ਸਾਰੇ ਸੱਚ ਰਲ ਜਾਣ, ਸੋ ਉਹ ਐਬਸੋਲੂਟ ਟਰੁੱਥ ਹੁੰਦਾ। ਤੁਹਾਡਾ ਐਬਸੋਲੂਟ ਸਰਟ ਆ ਉਹਨੂੰ ਆਪਾਂ ਗੁਰਬਾਣੀ 'ਚ ਕਹਿੰਦੇ ਹਾਂ ਕਿ ਉਹ ਸਤਨਾਮ ਹੈ, ਤੁਹਾਡਾ ਸੱਤ ਆ ਸਦਾ ਰਹਿਣ ਵਾਲਾ ਨਾਮ ਆ, ਉਹ ਹੀ ਪਰਿਪੂਰਨ ਆ। ਸੋ ਉਹਦੀ ਜਿਹੜੀ ਸਿਫਤ ਸਲਾਹ ਕਰਨੀ, ਹੁਣ ਆਪਾਂ ਦੂਜੀ ਗੱਲ ਕਰ ਲਈਏ ਸਿਫਤ ਸਲਾਹ ਕਰਨੀ ਜਾਂ ਸਲਾਹਣਾ ਕਿਸੇ ਨੂੰ, ਹੁਣ ਸਲਾਉਣ ਦੀ ਵੀ ਇੱਕ ਆਪਣੇ ਆਪ ਦੇ ਵਿੱਚ ਹੀ ਵਿਆਖਿਆ ਚਾਹੀਦੀ ਹੈ ਵੀ ਆਪਾਂ ਉਹਨੂੰ ਸਲਾਉਣਾ ਕਿਹੜੇ ਤਰੀਕੇ ਨਾਲ ਆ। ਇੱਕ ਤਾਂ ਮੈਂ ਤੁਹਾਡੇ ਗੁਣਾਂ ਦੀ ਗੱਲ ਕਰ ਲਈ, ਤੁਸੀਂ ਮੇਰੇ ਗੁਣਾਂ ਦੀ ਗੱਲ ਕਰ ਲਈ, ਆਪਾਂ ਕਹਿ ਤਾ ਵੀ ਅਗਲੀ ਜੀ ਦੀ ਅਸੀਂ ਸਿਫਤ ਸਲਾਹ ਕੀਤੀ, ਇੱਥੇ ਅਕਾਲ ਪੁਰਖ ਦੀ ਸਿਫਤ ਸਲਾਹ ਕਰਨੀ ਹੈ। ਹੁਣ ਅਕਾਲ ਪੁਰਖ ਦੇ ਗੁਣਾਂ ਬਾਰੇ ਸਾਨੂੰ ਪਤਾ ਹੋਵੇ, ਇੱਕ ਤਾਂ ਮੂੰਹ ਦੇ ਨਾਲ ਸਿਫਤ ਸਲਾਹ ਕਰਨੀ, ਆਪਾਂ ਗੱਲਾਂ ਕਰ ਲਈਆਂ ਵੀ ਰੱਬ ਦੇ ਆ ਵੀ ਗੁਣ ਆ, ਆਹ ਵੀ ਗੁਣ ਆ, ਆਹ ਵੀ ਗੁਣ ਆ, ਆਹ ਵੀ ਗੁਣ ਆ, ਠੀਕ ਹੈ। ਮੂੰਹ ਦੇ ਨਾਲ ਆਪਾਂ ਇਹ ਸਿਫਤ ਸਲਾਹ ਕਰ ਲਈ ਵੀ ਬਹੁਤ ਗੁਣ ਆ। ਹੁਣ ਕੀ ਇੱਥੇ ਕਹਾਣੀ ਖਤਮ ਆ? ਨਹੀਂ, ਇੱਥੇ ਕਹਾਣੀ ਨਹੀਂ ਖਤਮ, ਕਿਉਂਕਿ ਸਿਫਤ ਸਲਾਹ ਦਾ ਰਿਜ਼ਲਟ ਮੂਹਰੇ ਇਹ ਨਿਕਲਣਾ ਕਿ ਜਿਹੜਾ ਨਦੀਆਂ ਅਤੇ ਵਾਹ ਆ ਉਹਨਾਂ ਨੇ ਸ਼ਾਹ ਸਮੁੰਦਰ ਦੇ ਵਿੱਚ ਰਲਣਾ, ਜਿੰਨਾ ਚਿਕਰ ਉਹ ਨਹੀਂ ਰਲਦੀਆਂ ਸਾਨੂੰ ਇਸ ਯਤਨ ਦੇ ਵਿੱਚ ਰਹਿਣਾ ਪੈਣਾ। ਜੇ ਅਸੀਂ ਇਸ ਯਤਨ ਦੇ ਵਿੱਚ ਨਾ ਰਵਾਂਗੇ ਸਾਡੀ ਜਿਹੜੀ ਸਿਫਤ ਸਲਾਹ ਕੀਤੀ ਆ ਫਿਰ ਲੇਖੇ 'ਚ ਨਹੀਂ ਪੈਣੀ। ਸੋ ਜਿਹੜੀ ਵੀ ਸਾਡੇ ਕੋਲ ਪ੍ਰੋਪਰਟੀ ਆ ਜਾਂ ਕੁਛ ਵੀ ਆ ਉਹਦੇ ਮੁਤਾਬਕ ਜੋ ਸਾਡੇ ਕੋਲ ਹੈਗਾ ਤਾਂ ਉਹਦੇ ਨਾਲ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ੀ ਆ, ਭਾਵ ਇਹ ਸਰੀਰ ਆ, ਕਰਮ ਇੰਦਰੀ ਆ, ਗਿਆਨ ਇੰਦਰੀ ਆ, ਇਹਦੇ ਨਾਲ ਅਸੀਂ ਸ਼ਬਦ ਦਾ ਅਭਿਆਸ ਕਰਕੇ ਸਿਫਤ ਸਲਾਹ ਕਰਨੀ ਆ, ਨਾ ਕਿ ਮਨਮੁੱਖ ਤਰੀਕੇ ਨਾਲ ਵੀ ਕਿਸੇ ਨੇ ਸਾਡੇ ਕੰਨਾਂ ਮੰਨਾਂ ਕੋਲ ਕਹਿ ਦਿੱਤਾ ਵੀ ਅਸੀਂ ਉਹ ਕਰੀ ਜਾਂਦੇ ਹਾਂ, ਇੱਦਾਂ ਨਹੀਂ ਗੀ। ਇਹ ਐਨ ਸੈਲਫ ਅਨੈਲਜੀ ਲੈ ਕੇ ਕਰਨੀ ਪੈਣੀ ਆ। ਇਹਦੇ ਪੱਖ ਬਹੁਤ ਆ ਸਿਫਤ ਸਲਾਹ ਦੇ, ਇਹਦਾ ਪੱਖ ਕੀਰਤਨ ਕਰਨਾ ਵੀ ਆ, ਇਹਦਾ ਪੱਖ ਆਪਾਂ ਸਿਮਰਨ ਕਰਨਾ ਵੀ ਆ, ਇਹਦਾ ਪੱਖ ਉਹਦੇ ਹੁਕਮ ਦੇ ਵਿੱਚ ਚੱਲਣਾ ਵੀ ਆ, ਉਹਦੇ ਉਪਦੇਸ਼ ਨੂੰ ਗ੍ਰਹਿਣ ਵੀ ਕਰਨਾ, ਬਹੁਤ ਪੱਖ ਆ ਇਹਦੇ। ਹਾਂਜੀ, ਇੱਥੇ ਸਾਡੇ ਅੱਜ ਦੇ ਸਮੇਂ ਦੀ ਸਮਾਪਤੀ ਹੁੰਦੀ ਹੈ ਅਤੇ ਅਸੀਂ ਕੁਛ ਵਿਚਾਰ ਇਸ ਉਸਤਤ ਮਨਮੇ ਕਰਨਕਾਰ ਦੇ ਸਿਧਾਂਤ ਦੇ ਉੱਤੇ ਕੀਤੀ ਹੈ ਅਤੇ ਸਿਫਤ ਸਲਾਹ ਦੇ ਕੁਝ ਪੱਖ ਜਿਹੜੇ ਆ ਅਸੀਂ ਵਿਚਾਰੇ ਆ ਅਤੇ ਇਸ ਵਿਚਾਰ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ, ਸਭ ਪਿਆਰ ਨਫ਼ਾ ਅਤੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸਤਤ ਮਨ ਮੈਂ ਕਰ ਨਿਰੰਕਾਰ।